ਉਲੇ ਆ ਗਿਆ ਖੇਤੋਂ ਹਾਂਜੀ ਮੈਂ ਆ ਗਿਆ ਕੰਮ ਕਰਿਆ ਸਾਰਾ ਹਾਂ ਸਾਰਾ ਕੰਮ ਨਵੇੜਤਾ ਆਪਣੇ ਖੇਤ ਦਾ ਤੇ ਬਾ ਪਾਣੀ ਛੜਨਾ ਇੱਕ ਦੋ ਤਿੰਨ ਦਿਨ ਜੀਰੀ ਲਾਵਾਂਗੇ ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ ਹਾਂਜੀ ਦੱਸੋ ਕੀ ਗੱਲ ਕਰਨੀ ਸੀ ਇੱਕ ਖੁਸ਼ਖਬਰੀ ਹੈ ਮੈਂ ਸਮਝਿਆ ਨਹੀਂ ਉਲੇ ਮੈਂ ਇੱਕ ਤੈਨੂੰ ਗੱਲ ਕਹਿਣਾ ਚਾਹੁੰਦੀ ਆ ਹਾਂ ਮੈਂ ਨਾ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਆ ਕੀ की हो गया भोले बच्चे दी मां हाँ तेन खुशी होनी चाहिए इदा क्यों मूह करेगा जे बाई आ गया फिर मैं उन्हों की कहांगा तुसी की कहोगे बाई नू की कहना तू डर ना जो बाई ने मेरे नाल धोखा किया उदो बाई नू दिखा नहीं मैनू किने सहारा दिता सी तैं दिता सी ना जो बाई नू उदो नहीं मेरे बारे सोची हैगी हुण बाई नू की सोचना है तेनू डरन की लोड़ नहीं हैगी भोले वो तो मार देगा मैनू मैं नाल खड़ी हाँ ना तेरे एक गल होर सुन मेरी पिंडों मेरे पेके फोन आया सीगा अच्छा एक दो दिन तक मेरी भैन आने वाली है ठीक है ऐ नहीं पता सवेरे आ जाओ ठीक है ओनू अपनी गल्लां दा पता नहीं लगना चाहिए तू तो सीरी बन की रही कोई गल नहीं मैं बस एक तेरे मुरे ये हाथ जोड़ के बेनती है भी ओदे अगे कोई गल दा पता ना चले कोई गल नहीं मैं फिर भाभी कह लिया करांगा ना उस टाइम थोड़ा जे संभाल के रखना पऊगा अपन हां हां कोई गल नहीं ठीक है ना क्योंकि मेरी भैन है ना थोड़ी सी चलाक है उन्हें ना पता लग जे इहदे विच तेरी भी बदनामी है मेरी भी बदनामी है वो तो पता ही है बाकी हौली हौली मैं अपने घर दे नूं आपे मना लूंगी सब कुछ दस दूंगी उन्हां नूं चल ठीक है रोटी बना रही है बोले बस थोड़ी देर और रुक जा मैं रोटी हूँ बना दी चल ठीक है चल रोटी बना के ना मैं आवाज मार ली मैं रेस्ट कर ला अंदर है ना कोई ना कोई ना ਵਧੀਆ ਸੁੱਤਾ ਪਿਆ ਸੀ ਐਵੇਂ ਠਾਤਾ ਤੁਸੀਂ ਓਹੋ ਮੇਰੀ ਗੱਲ ਸੁਣੋ ਤੁਸੀਂ ਬਸ ਪਿੰਡ ਤੇ ਵੀ ਭੈਣ ਆਈ ਖੜੀ ਉਹਨੂੰ ਲੈ ਆਓ ਜਾ ਕੇ ਉਹਨੇ ਤਾਂ ਕੱਲ ਨੂੰ ਆਉਣਾ ਸੀ ਮੰਮੀ ਦਾ ਫੋਨ ਆਇਆ ਕਹਿੰਦੇ ਅੱਜ ਆਉਣ ਲੱਗ ਰਹੀ ਹੈ ਉਹ ਕੋਈ ਨਾ ਲੈ ਆਉਣਾ ਠੀਕ ਹੈ ਮੈਂ ਜਾਣਾ ਗੱਲ ਸੁਣੋ ਮੇਰੀ ਉਹਦਾ ਐ ਨਹੀਂ ਪਤਾ ਹੈਗਾ ਮਹੀਨਾ ਰਵੇ ਉਹ ਤਾਂ ਮੈਨੂੰ ਪਤਾ ਮੈਂ ਕਿਵੇਂ ਤੁਹਾਡੇ ਬਗੈਰ ਮਹੀਨਾ ਰਹੂੰਗੀ ਬਸ ਸੰਭਲ ਕੇ ਰਹਿਓ ਠੀਕ ਹੈ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਗੈਰ ਚੱਲ ਠੀਕ ਹੈ ਮੈਂ ਚੱਲਦਾ ਲੈ ਕੇ ਆਉਂਦਾ ਜਾਂ ਲਿਓ ਕੋਈ ਵੀ ਗੱਲ ਪੁੱਛੂਗੀ ਨਾ ਕੁਛ ਨਾ ਦੱਸਿਓ ਆਪਣੇ ਬਾਰੇ ਠੀਕ ਹੈ ਨਹੀਂ ਦੱਸਦਾ ਜਾਇਓ ਜਲਦੀ ਲੈ ਆਇਓ ठीक
चल रही है? ਵਧੀਆ ਚੱਲ ਰਹੀ ਹੈ ਭੈਣੇ ਪੜ੍ਹਾਈ। ਮੰਮੀ ਕਹਿੰਦੀ ਸੀ ਕੱਲ ਨੂੰ ਆਉਣਾ ਸੀ ਤਾਂ। ਹਾਂ ਫਿਰ ਮੰਮੀ ਨੇ ਮੈਨੂੰ ਫੋਨ ਕੀਤਾ ਸੀਗਾ, ਕਹਿੰਦੀ ਵੀ ਤੇਰੀ ਦੀਦੀ ਵੀ ਉੱਥੇ ਇਕੱਲੇ ਨੇਗੇ, ਵੀ ਜੀਜੂ ਚਲੇ ਗਏ ਵੀ ਫਿਰ। ਹਾਂ ਮੰਮੀ ਨਾਲ ਹੋਈ ਸੀ ਗੱਲ ਮੇਰੀ ਫੋਨ ਤੇ, ਉਦੋਂ ਕਿਹਾ ਸੀਗਾ ਮੈਂ ਮੰਮੀ ਨੂੰ ਤੂੰ ਕਿਹੜਾ ਗੇੜਾ ਮਾਰਦੀ ਹੈਗੀ। ਬਸ ਭੈਣ ਪੜ੍ਹਾਈ ਖਤਮ ਕਰਕੇ ਤਾਂ ਹੀ ਫਿਰ ਮੈਨੂੰ ਆਉਣਾ ਪਿਆ, ਕੀ ਕਰਾਂ। ਇਹ ਕੌਣ ਨੇ? ਇਹ ਇੱਕ ਐ ਸਮਝ ਲਾ ਆਪਣੇ ਘਰ ਦਾ ਮੈਂਬਰ ਹੈ। ਅੱਛਾ ਹੈਗਾ ਤਾਂ ਆਪਣਾ ਸੀਰੀ ਆ ਤਾਂ ਹੈਗਾ ਆਪਣੇ ਘਰ ਦਾ ਮੈਂਬਰ ਹੈ। ਸੀਰੀ ਤੈਨੂੰ ਸਮਝਿਆ ਨਹੀਂ ਕਦੇ, ਤੇਰੇ ਜੀਜੂ ਜਿੱਦਣ ਦਾ ਗਿਆ ਬਾਹਰ ਉਦਣ ਦੀ ਘਰ ਦੀ ਰਖਵਾਲੀ ਇਹ ਰੱਖਦਾ, ਮੇਰੀ ਦੇਖਭਾਲ ਇਹ ਕਰਦਾ, ਖੇਡਦਾ ਦੇਖਣਾ, ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਇਹਨੇ। ਤਾਂ ਹੀ ਫਿਰ ਮੈਂ ਮੰਮੀ ਹੋਰਾਂ ਨੂੰ ਮੈਂ ਕਾਹਨੂੰ ਉਹਨਾਂ ਨੂੰ ਟੈਨਸ਼ਨ ਦੇਣੀ ਆ, ਉਹਨਾਂ ਨੂੰ ਤਾਂ ਹੀ ਨਹੀਂ ਬੁਲਾਇਆ ਹੈਗਾ। ਚਲੋ ਵਧੀਆ, ਕੋਈ ਤਾਂ ਹੈ ਖਿਆਲ ਰੱਖਣ ਲਈ। ਇਹਨੂੰ ਤਾਂ ਕਦੇ ਵੀ ਸੀਰੀ ਕਹਿੰਦੀ ਨਹੀਂ ਹੈਗੀ, ਇਹ ਤਾਂ ਇੱਕ ਆਪਣੇ ਘਰ ਦਾ ਹਿੱਸਾ ਗਾ, ਉਰੀ ਰਹਿੰਦਾ ਵਿਚਾਰਾ। ਜਿੱਦਾਂ ਦਾ ਤਾਂ ਜੀਜੂ ਇਹਨੂੰ ਜ਼ਿੰਮੇਦਾਰੀ ਸਮਝਾ ਕੇ ਗਿਆ ਗਾ। ਅੱਛਾ ਉਰੀ ਰਹਿੰਦਾ ਗਾ, ਉਰੀ ਸਾਰਾ ਘਰ ਦਾ ਕਰਦਾ। ਜੀਜੂ ਕਿੱਥੇ ਚਲੇ ਗਏ? ਜੀਜੂ ਤੇਰਾ ਬਾਹਰ ਚਲਿਆ ਗਿਆ। ਅੱਛਾ ਹਾਂ, ਉਹਨੂੰ ਨੌਕਰੀ ਮਿਲ ਗਈ ਸੀ ਨਾ ਕੰਪਨੀ ਵੱਲੋਂ, ਉਹਨਾਂ ਨੂੰ ਬਾਹਰ ਬੁਲਾ ਲਿਆ ਸੀਗਾ ਫਿਰ। ਅੱਛਾ ਕਹਿੰਦੇ ਨੇ, ਮੈਨੂੰ ਵੀ ਕਹਿੰਦੇ ਨੇ, ਕਹਿੰਦੇ ਵੀ ਲੈ ਜਾਵਾਂਗੇ ਉਹਨਾਂ, ਸਾਲ ਦੋ ਸਾਲ ਤਾਂ ਲੱਗੂਗਾ ਹਜੇ ਮੈਨੂੰ। ਅੱਛਾ ਮਤਲਬ ਆ ਨਹੀਂ ਸਕਦੇ ਹਲੇ ਜਲਦੀ। ਬੋਲੇ ਤੂੰ ਐਂ ਕਰ ਖੇਤ ਤੋਂ ਕੋਈ ਸਬਜ਼ੀ ਸੁਬਜ਼ੀ ਤੋੜ ਲਿਆ। ਹਾਂ ਭਾਬੀ ਲੈ ਆਉਣਾ ਮੈਂ ਜਾ ਕੇ। ਹਾਂ ਫਿਰ ਸਬਜ਼ੀ ਸੁਬਜ਼ੀ ਬਣਾ ਲਾਂਗੇ ਸ਼ਾਮ ਨੂੰ ਆਪਾਂ। ਹਲੇ ਭਾਬੀ ਅੱਜ ਪਕੌੜੇ ਬਣਾ ਲਿਓ ਹਨਾ। ਹਾਂ ਹਾਂ ਕੋਈ ਨਾ, ਅੱਜ ਮੌਸਮ ਵੀ ਠੰਡਾ ਹੋ ਰਿਹਾ ਹੈਗਾ, ਪਕੌੜੇ ਬਣਾਵਾਂਗੇ। ਅੱਜ ਮੇਰੀ ਭੈਣ ਖਵਾਉਗੀ ਤੈਨੂੰ ਪਕੌੜੇ ਬਣਾ ਕੇ। ਚੱਲ ਠੀਕ ਹੈ, ਇਹਦੇ ਹੱਥ ਦੇ ਖਾ ਕੇ ਦੇਖੀ, ਬਾਰੇ ਵਧੀਆ ਬਣਾਉਣੀ ਹੈ ਮੈਂ ਪਕੌੜੇ। ਕੋਈ ਗੱਲ ਨਹੀਂ, ਪਕੌੜੇ ਖਵਾ ਦਿਓ ਹਨਾ, ਮੈਂ ਲੈ ਕੇ ਆਉਣਾ, ਪਾਲਕ ਵੀ ਲੈ ਆਵਾਂਗਾ, ਮਿਰਚਾਂ ਵੀ ਤੋੜ ਲਿਆਵਾਂਗਾ। ਹਾਂ ਉਹ ਤੋੜ ਲਿਓ ਜੇ ਸ਼ਾਮ ਨੂੰ ਆਪਾਂ, ਫਿਰ ਨਾਲੇ ਪਕੌੜੇ ਬਣਾਵਾਂਗੇ, ਨਾਲ ਕੋਈ ਵਧੀਆ ਜੇ ਪਾਲਕ ਪਨੀਰ ਬਣਾ ਲਾ। ਭੈਣ ਚਟਨੀ ਮੰਗਾ ਲਈ? ਤਾਂ ਚਟਨੀ ਬਹੁਤ ਖਾਂਦੀ ਹੈ। ਅੱਛਾ ਚਟਨੀ ਮੈਂ ਢਾਬੇ ਤੋਂ ਫੜ ਲੈਣਾ ਜਾ ਕੇ। ਨਾ ਨਾ ਮਿਰਚਾਂ ਤੋੜ ਕੇ ਲਈ ਆਪਣੇ ਖੇਤੋਂ, ਕੁੱਟ ਕੇ ਬਣਾਵਾਂਗੇ ਆਪਾਂ ਵਧੀਆ। ਚੱਲ ਠੀਕ ਹੈ ਮੈਂ ਲੈ ਆਉਂਦਾ। ਹਾਂ ਠੀਕ ਹੈ, ਮੰਗਾ ਲਾ ਭੈਣ, ਫਟਾਫਟ ਜਲਦੀ ਜਲਦੀ ਬਣਾਵਾਂ। ਹਾਂ ਇਹ ਤਾਂ ਹੁਣ 1 ਮਿੰਟ ਲਾਊਗਾ। ਹਾਂ ਮੈਨੂੰ ਤਾਂ ਜਮੀ ਵੀ ਨਹੀਂ ਖੇਤ ਜਾਣ ਦੀ। ਠੀਕ ਹੈ ਭਾਬੀ ਮੈਂ ਜਾਣਾ। ਅੱਛਾ ਠੀਕ ਹੈ ਠੀਕ ਹੈ। ਹੋਰ ਦੱਸ ਤੂੰ ਕਿਵੇਂ ਲੱਗਿਆ ਸਾਡਾ ਸੀਰੀ ਤੈਨੂੰ? ਗੱਲਾਂ ਤਾਂ ਵਧੀਆ ਨਹੀਂ ਹੁੰਦੀਆਂ, ਇਹੋ ਜਿਹੇ ਸੀਰੀ ਨਹੀਂ ਅੱਜ ਕੱਲ੍ਹ ਕਿਤੇ ਨਹੀਂ ਮਿਲਦੇ ਹੈਗੇ, ਬੇਈਮਾਨ ਹੁੰਦੇ ਨੇਗੇ। ਇਹ ਤਾਂ ਵਿਚਾਰਾ ਇੰਨਾ ਸਿਆਣਾ ਗਾ ਨਾ, ਘਰ ਦਾ ਇੰਨਾ ਖਿਆਲ ਰੱਖਦਾ, ਇਹਦੇ ਹੁੰਦੇ ਮੱਖੀ ਵੀ ਨਹੀਂ ਪਿਣਕਦੀ ਹੈਗੀ ਘਰ 'ਚ। ਫੋਨ ਫਾਨ ਨਹੀਂ ਆਉਂਦਾ ਜੀਜੇ ਦਾ? ਜੀਜੂ ਤਾਂ ਆਉਂਦਾ ਤੇਰੇ ਦਾ ਫੋਨ, ਬਸ ਉਹ ਕੀ ਕਹਿੰਦਾ ਨੇ ਉਹਦੇ ਕਰਕੇ ਨਾ ਹੁਣ ਡਿਊਟੀ ਹੁੰਦੀ ਹੈ, ਕਦੇ ਰਾਤ ਦੀ ਕਦੇ ਦਿਨ ਦੀ, ਟਾਈਮ ਨਹੀਂ ਲੱਗਦਾ ਹੈਗਾ। ਇਹ ਮਤਲਬ ਫਿਰ ਹਾਂ ਹਾਂ ਉਰੇ ਰਹਿੰਦਾ ਗਾ ਫਿਰ ਵਿਚਾਰਾ, ਇਹਦੇ ਵੀ ਅੱਗੇ ਪਿੱਛੇ ਕੋਈ ਹੈ ਨਹੀਂ ਗਾ। ਅੱਛਾ ਅੱਛਾ, ਤਾਂ ਤੇ ਫਿਰ ਤੇਰੇ ਜੀਜੂ ਕਹਿੰਦਾ ਚੱਲ ਉਰੇ ਰਹਿ ਲੂਗਾ ਤੇਰੇ ਲਵੇ, ਨਾਲ ਤੈਨੂੰ ਸਹਾਰਾ ਹੋ ਜੂਗਾ। ਅੱਛਾ ਫਿਰ ਹੁਣ ਤੁਹਾਨੂੰ ਪਤਾ ਬਾਪ ਵੀ ਬਾਹਰ ਆਪਣੇ ਘਰ ਨੇਗੇ, ਮੈਂ ਵੀ ਇਕੱਲੀ ਨੂੰ ਡਰ ਲੱਗਦਾ ਸੀਗਾ। ਨਹੀਂ ਵਧੀਆ ਕੀਤਾ, ਚੱਲ ਤੂੰ ਬੈਠ ਮੈਂ ਉਧਰ ਆਉਂਦੀ। ਚੰਗਾ ਕੱਪੜੇ ਤਾਰ ਲਿਆ ਮੈਂ। ਠੀਕ ਹੈ। ਉੱਠ ਗਈ ਰੂਪੀ? ਹਾਂ ਭੈਣ ਉੱਠ ਗਈ। ਲੈ ਚਾਹ ਪੀ ਲੈ। ਹੋਰ ਦੱਸ ਤੇਰਾ ਜੀ ਲੱਗ ਰਿਹਾ ਉਰੇ? ਹਾਂ ਲੱਗੀ ਜਾਂਦਾ ਭੈਣ ਜੀ, ਤਾਂ ਲੱਗਿਆ ਨਹੀਂ ਹੋਣਾ ਪੈਂਦਾ, ਲੱਗਿਆ ਨਹੀਂ ਮੈਨੂੰ ਲੱਗਦਾ। ਜੀ ਤਾਂ ਲੱਗ ਗਿਆ। ਤੂੰ ਭੈਣ ਸ਼ਹਿਰ 'ਚ ਰਹਿਣ ਵਾਲੀ, ਤੂੰ ਪਿੰਡ 'ਚ ਕਿੱਥੇ ਜੀ ਲਾ ਲੇਂਗੀ? ਨਹੀਂ ਇੱਦਾਂ ਦੀ ਤਾਂ ਨਹੀਂ ਕੋਈ ਗੱਲ ਭੈਣੇ, ਹੁਣ ਜੇ ਆਪਣਾ ਪਿੰਡ ਵੀ ਤਾਂ ਪਿੰਡ ਹੀ ਆ। ਚਾਹ ਤੈਨੂੰ ਕਿਵੇਂ ਲੱਗੀ? ਹਾਂ ਟੇਸਟੀ ਆ। ਵੇਖੋ ਤੂੰ ਤਾਂ ਕੌਫੀ ਪੀਣ ਵਾਲੀ ਹੈ, ਕਾਹਨੂੰ ਚਾਹ ਪੀਵੇਂਗੀ ਤੂੰ? ਨਹੀਂ ਇੱਦਾਂ ਦੀ ਗੱਲ ਨਹੀਂ ਭੈਣ, ਚਾਹ ਮੈਂ ਪੀ ਲੈਂਦੀ ਹਾਂ, ਉੱਥੇ ਵੀ ਕਈ ਵਾਰੀ ਚਾਹ ਬਣਵਾ ਕੇ ਪੀਂਦੀ ਹਾਂ। ਉਹ ਤੇਰੇ ਫਰੈਂਡਾਂ ਦਾ ਫੋਨ ਆਇਆ ਸੀਗਾ? ਹਾਂ ਆਇਆ ਸੀ। ਮੈਂ ਕਹਿੰਦੀ ਸੀ ਤੈਨੂੰ, ਮੈਂ ਆਪਣੇ ਨਾਲ ਹੀ ਲੱਗਦੇ ਖੇਤ ਹੈਗਾ, ਅੱਜ ਭੋਲਾ ਸਵੇਰੇ ਚਾਹ ਨਹੀਂ ਪੀ ਕੇ ਗਿਆ। ਅੱਛਾ ਹੋਰ ਹੁਣ ਕਹਿੰਦਾ ਵੀ ਆਪਣੇ ਪਾਣੀ ਦੀ ਵਾਰੀ ਆ, ਉਹ ਸਵੇਰੀ ਸਵੇਰੀ ਲੰਘ ਗਿਆ। ਅੱਛਾ ਤੂੰ ਨਾਲ ਤਾਂ ਉਹਦੀ ਚਾਹ ਲੈ ਜੀ, ਨਾਲੇ ਭਰਿੰਡੀਆਂ ਤੋੜ ਲਈ, ਭਰਿੰਡੀਆਂ ਬਣਾਵਾਂਗੇ ਅੱਜ ਆਪਾਂ। ਅੱਛਾ ਭੈਣ ਹਾਂ ਠੀਕ ਹੈ, ਅਸੀਂ ਕੋਈ ਗੱਲ ਪੁੱਛਾਂ ਭੈਣੇ? ਹਾਂ ਤੂੰ ਤਾਂ ਕਦੇ ਭਰਿੰਡੀਆਂ ਦੀ ਸਬਜ਼ੀ ਇੰਨੀ ਖਾਧੀ ਨਹੀਂ? ਭਰਿੰਡੀਆਂ ਦੀ ਸਬਜ਼ੀ ਬਸ ਉਰੇ ਆ ਗਈ, ਹੁਣ ਸੁਭਾਅ ਜਿਹਾ ਪੈ ਗਿਆ ਮੈਨੂੰ ਖਾਣ ਲੱਗ ਗਈ ਮੈਂ। ਅੱਛਾ ਕੀ ਸੋਚਦੀ ਹੈ? ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ। ਅੱਛਾ ਅੱਛਾ, ਨਹੀਂ ਮੈਂ ਤਾਂ ਵੈਸੇ ਹੀ ਕਹਿ ਰਹੀ ਸੀ, ਤੂੰ ਅੱਜ ਕੱਲ ਭਰਿੰਡੀਆਂ ਜ਼ਿਆਦਾ ਨਹੀਂ ਖਾਣ ਲੱਗੀ? ਬਸ ਉਹੀ ਮੈਨੂੰ ਵਧੀਆ ਲੱਗਦੀਆਂ ਨੇਗੀਆਂ ਹੁਣ ਘਰ ਦੀਆਂ ਨੇਗੀਆਂ, ਠੀਕ ਹੈ ਨਾ, ਤਾਂ ਕਰਕੇ ਮੈਨੂੰ ਵਧੀਆ ਲੱਗਦੀ। ਚੱਲਿਆ ਫਿਰ ਭੈਣ ਚਾਹ ਦੇ, ਫਿਰ ਮੈਂ ਜਾਵਾਂ। ਹਾਂ ਜਾ, ਮੈਂ ਆਪਣੀ ਵਟਸਐਪ ਤੇ ਪੜ੍ਹਾਈ ਵੀ ਕਰਨੀ ਹੈ। ਕੋਈ ਨਾ ਕੋਈ ਨਾ, ਮੈਂ ਤੈਨੂੰ ਚਾਹ ਫੜਾਉਣੀ ਹੈਗੀ, ਭੱਜ ਤੈਨੂੰ ਚਾਹ ਫੜਾਈ, ਠੀਕ ਹੈ? ਲੈ ਚਾਹ ਪਾਈ ਪਈ ਆ ਉਹਦੀ, ਨਾਲੇ ਭੋਲੇ ਨੂੰ ਐਂ ਕਹਿ ਦੀ ਕਹਿੰਦੇ ਚਾਹ ਪੀ ਲੂਗਾ।
ਕਈ ਵਾਰ ਉਹਦੀ ਚਾਹ ਮੁੜ ਕੇ ਆਉਂਦੀ ਹੈਗੀ ਠੀਕ ਆ ਭੈਣ ਚੱਲ ਠੀਕ ਆ ਭੈਣ ਮੈਂ ਹਾਂ ਜਾ ਤੋੜ ਦੇ ਨਾ ਉਹਨੂੰ ਨਾਲ ਲੈ ਜੀ ਚੰਗਾ ਉੱਥੇ ਇਧਰਲੇ ਖੇਤ ਨਾਲ ਬੈਠਾ ਹੋਵੇ ਉਹ ਠੀਕ ਆ ਭੈਣ ਠੀਕ ਆ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਲੈ ਆਉਂਗੀ ਪਤਾ ਨਹੀਂ ਚਾਹ ਪੀਊਗਾ ਪਤਾ ਨਾ ਸਵੇਰੇ ਹੀ ਲੰਘ ਗਿਆ ਮੈਂ ਇਹਦੇ ਸਾਹਮਣੇ ਵੀ ਕੁਛ ਬੋਲ ਨਹੀਂ ਸਕਦੀ ਹੈਗੀ ਮਜਬੂਰ ਹਾਂ ਰੋਟੀ ਵੀ ਨਹੀਂ ਹੁਣ ਤਾਂ ਟਾਈਮ ਨਾਲ ਖਾਂਦਾ ਹੈਗਾ ਬੋਲੇ ਮਾਫ ਕਰਨਾ ਤੁਸੀਂ ਹਾਂ ਮੈਂ ਭੈਣ ਨੇ ਕਿਹਾ ਸੀ ਵੀ ਤੇਰੇ ਲਈ ਚਾਹ ਮੈਂ ਚਾਹ ਲੈ ਕੇ ਆਈ ਹਾਂ ਤੇਰੇ ਵਾਸਤੇ ਬਹਿ ਜਾਓ ਤੇ ਤੂੰ ਪੀ ਲਾ ਕੋਈ ਨਹੀਂ ਪੀ ਲਾਂ ਜੀ ਨੀਚੇ ਕਿਉਂ ਬੈਠ ਗਏ ਬੋਲੇ ਉੱਪਰ ਮੰਜੇ ਤੇ ਬੈਠੇ ਇੱਥੇ ਪਤਾ ਕੀ ਗੱਲ ਹੈ ਜੀ ਅਸੀਂ ਸੀਰੀ ਪਾਲੀ ਹੁੰਦੇ ਹਾਂ ਨਾ ਅਸੀਂ ਤੁਹਾਡੇ ਬਰਾਬਰ ਨਹੀਂ ਬੈਠ ਸਕਦੇ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦਾ ਤੂੰ ਉੱਪਰ ਬੈਠ ਹਾਂ ਇੱਥੇ ਬੈਠ ਜਾ ਆਰਾਮ ਨਾਲ ਅਤੇ ਮੈਨੂੰ ਗੱਲ ਤਾਂ ਦੱਸ ਹਾਂਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਕੰਮ ਕਰਦਿਆਂ ਨੂੰ ਸਾਨੂੰ ਤਾਂ ਜੀ ਮੇਰੇ ਦਾਦੇ ਪੜਦਾਦੇ ਵੀ ਅਤੇ ਮੇਰਾ ਪਿਓ ਵੀ ਇਹਨਾਂ ਸਰਦਾਰਾਂ ਦੇ ਨਾਲ ਹੀ ਸੀਰੀ ਸੀ ਅਤੇ ਅੱਗੇ ਮੈਂ ਹਾਂ ਅੱਛਾ ਅਤੇ ਹੋਰ ਸੁਣਾ ਹਾਂਜੀ ਵਧੀਆ ਠੀਕ ਹੈ ਜੀ ਤੁਸੀਂ ਵੀ ਚਾਹ ਪੀਣੀ ਹੈ ਜੀ ਨਹੀਂ ਮੈਂ ਤਾਂ ਪੀ ਆਈ ਸੀ ਭੈਣ ਨਾ ਮਿੱਠਾ ਜ਼ਿਆਦਾ ਪਾ ਦਿੰਦੀ ਹੈ ਮੈਂ ਮਿੱਠਾ ਘੱਟ ਪੀਂਦੀ ਹਾਂ ਸ਼ੂਗਰ ਹੈ ਜੀ ਤੁਹਾਨੂੰ ਸ਼ੂਗਰ ਕਾਹਨੂੰ ਹੈ ਮੈਨੂੰ ਮੈਂ ਨਾ ਡਾਈਟਿੰਗ ਤੇ ਹਾਂ ਅੱਛਾ ਅੱਛਾ ਡੇਟਿੰਗ ਤੇ ਨਾ ਹੋ ਜਾ ਨਾ ਠੀਕ ਹੈ ਠੀਕ ਕਾਤੇ ਕਾਤੇ ਡੇਟਿੰਗ ਤੇ ਨਹੀਂ ਨਹੀਂ ਡਾਈਟਿੰਗ ਅੱਛਾ ਤੂੰ ਵੀ ਨਾ ਫਨੀ ਗੱਲਾਂ ਕਰਦਾ ਮੈਂ ਜੀ ਦੇਸੀ ਆ ਬੰਦਾ ਮੈਨੂੰ ਕੀ ਪਤਾ ਇਹ ਕੀ ਹੁੰਦਾ ਜੀ ਤੁਹਾਡੀਆਂ ਸ਼ਹਿਰਾਂ ਵਾਲੀਆਂ ਗੱਲਾਂ ਮੇਰੇ ਦਿਮਾਗ ਤੋਂ ਵੱਸ ਤੋਂ ਬਾਹਰ ਨੇ ਜੀ ਤੂੰ ਚਾਹ ਪੀ ਕੋਈ ਗੱਲ ਨਹੀਂ ਚਾਹ ਤਾਂ ਬਾਅਦ 'ਚ ਪੀ ਲਾਂਗਾ ਜੀ ਅਤੇ ਮੈਂ ਥੋੜ੍ਹਾ ਜਿਹਾ ਕੰਮ ਕਰ ਲਾਂ ਜਾ ਕੇ ਨਹੀਂ ਪਹਿਲਾਂ ਮੈਨੂੰ ਐਂ ਦੱਸ ਦੇ ਮਾਫ ਕਰ ਦੇ ਪਹਿਲਾਂ ਮੈਨੂੰ ਐਂ ਦੱਸ ਦੇ ਭੈਣ ਨੇ ਮੈਨੂੰ ਭਿੰਡੀਆਂ ਨੂੰ ਕਿਹਾ ਸੀ ਭਿੰਡੀਆਂ ਕਿੱਧਰ ਲੱਗੀਆਂ ਨੇ ਮੈਨੂੰ ਭਿੰਡੀਆਂ ਦਾ ਤੜਾ ਦੇ ਭੋਲੇ ਆਪਣੇ ਉਹ ਭਿੰਡੀਆਂ ਹੈਗੀਆਂ ਨੇ ਤੁਸੀਂ ਤੋੜ ਲਓਗੇ ਨਹੀਂ ਤੂੰ ਨਾਲ ਚੱਲ ਚਲੋ ਮੈਂ ਤੜਾ ਦਿੰਦਾ ਆ ਜਾਓ ਮੈਂ ਆ ਕੇ ਚਾਹ ਪੀ ਲਾਂਗਾ ਹਾਂ ਆ ਕੇ ਪੀ ਲਈ ਚਾਹ ਭੋਲੇ ਕੀ ਗੱਲ ਕਹਾਂ ਤੈਨੂੰ ਹਾਂਜੀ ਹਾਂਜੀ ਬੋਲੋ ਜੀ ਗੁੱਸਾ ਤਾਂ ਨਹੀਂ ਕੀਤਾ ਤੂੰ ਮੇਰੀਆਂ ਗੱਲਾਂ ਦਾ ਕਿ ਮੈਂ ਤੈਨੂੰ ਹੱਥ ਲਾਇਆ ਨਾ ਜੀ ਸਾਡੇ ਸ਼ਹਿਰ 'ਚ ਤਾਂ ਇੱਦਾਂ ਹੀ ਚੱਲਦਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਵੈਸੇ ਇੱਕ ਗੱਲ ਹੋਰ ਪੁੱਛਾਂ ਮੈਂ ਹਾਂਜੀ ਤੇਰਾ ਵਿਆਹ ਹੋਇਆ ਹੋਇਆ ਮੇਰਾ ਵਿਆਹ ਤਾਂ ਨਹੀਂ ਹੋਇਆ ਜੀ ਕਿਉਂ ਬਸ ਜੀ ਕੋਈ ਕੁੜੀ ਨਹੀਂ ਦਿੰਦਾ ਆਪਾਂ ਨੂੰ ਮੈਂ ਵਿਆਹ ਕਰਾਉਣਾ ਹੀ ਨਹੀਂ ਅੱਛਾ ਸੋਚਿਆ ਵੀ ਨਹੀਂ ਨਾ ਅਜੇ ਨਹੀਂ ਸੋਚਿਆ ਕਿਉਂ ਅਜੇ ਤਾਂ ਮੈਂ ਜਵਾਕ ਹਾਂ ਜੀ ਅੱਛਾ ਚੱਲ ਠੀਕ ਆ ਭੋਲੇ ਫਿਰ ਤੂੰ ਲੈ ਆਈ ਭਿੰਡੀਆਂ ਮੈਂ ਚੱਲਦੀ ਹਾਂ ਕੋਈ ਨਹੀਂ ਠੀਕ ਹੈ ਮੈਂ ਜਾ ਕੇ ਪੜ੍ਹਾਈ ਵੀ ਕਰਨੀ ਆ ਲੈ ਵੀ ਭੋਲੇ ਭਿੰਡੀਆਂ ਸਾਰੀਆਂ ਲੱਭ ਲੱਗ ਕਿੱਥੇ ਕਿੱਥੇ ਆ ਗਈ ਰੁਪੀ ਹਾਂ ਭੈਣ ਆ ਗਈ ਭਿੰਡੀਆਂ ਨਹੀਂ ਲੈ ਕੇ ਆਈ ਨਹੀਂ ਭੈਣ ਉਹ ਭੋਲਾ ਲੈ ਕੇ ਆਊਗਾ ਉਹਦਾ ਨਹੀਂ ਪਤਾ ਹੈਗਾ ਵੀ ਉੱਥੇ ਬੈਠ ਜੇ ਕਿੱਦਾਂ ਕਿੰਨਾ ਕੁ ਟਾਈਮ ਲਾਊਗਾ ਉਹ ਨਹੀਂ ਨਹੀਂ ਮੈਂ ਕਿਹਾ ਤਾਂ ਸੀ ਬਹਿ ਜਾ ਭੈਣ ਮੈਂ ਕਿਹਾ ਤਾਂ ਸੀ ਵੀ ਜਲਦੀ ਲੈ ਆਈ ਵੀ ਸਬਜ਼ੀ ਬਣਾਉਣੀ ਆ ਵੀ ਫਿਰ ਹਨੇਰੀ ਨੂਰੀ ਦਾ ਨਹੀਂ ਪਤਾ ਕਦੋਂ ਆ ਜਾਵੇ ਹੋਰ ਦੱਸ ਭੈਣ ਬਸ ਹੁਣ ਅੰਦਰ ਰਸੋਈ 'ਚ ਭਾਂਡੇ ਭੁੰਡੇ 'ਚ ਚਿਣ ਕੇ ਹਟੀ ਤੀ ਕੰਮ ਕਰਕੇ ਹਟੀ ਤੀ ਅੱਛਾ ਮੈਂ ਫਿਰ ਭਰਿੰਡੀਆਂ ਕੱਟ ਲਾਂਗੇ ਭਰਿੰਡੇ ਬਣਾ ਲਾਂਗੇ ਬਾਅਦ 'ਚ ਇੱਕ ਗੱਲ ਕਹਾਂ ਭੈਣ ਹਾਂ ਜਿਹੜਾ ਆਪਣਾ ਸੀਰੀ ਨਹੀਂ ਭੋਲਾ ਹਾਂ ਵੈਸੇ ਤਾਂ ਮੈਨੂੰ ਚੰਗਾ ਵਿਚਾਰਾ ਵਧੀਆ ਗਾ ਉਹ ਚੰਗਾ ਤਾਂ ਹੈਗਾ ਗਾ ਵਧੀਆ ਗਾ ਕੀ ਗੱਲ ਤੂੰ ਕਾਹ ਤੋਂ ਪੁੱਛ ਰਹੀ ਉਹਦੇ ਬਾਰੇ ਤਾਂ ਵੈਸੇ ਹੀ ਪੁੱਛਿਆ ਮੈਂ ਤੈਨੂੰ ਗੱਲ ਦੱਸਾਂ ਰੁਬੀ ਹੈਗਾ ਤਾਂ ਠੀਕ ਆ ਭੋਲਾ ਵਧੀਆ ਭੋਲਾ ਗਾ ਵਿਚਾਰਾ ਪਰ ਸੀਰੀ ਨੂੰ ਨਾ ਸੀਰੀ ਬਣਾ ਕੇ ਰੱਖਣਾ ਪੈਂਦਾ ਐਦਾਂ ਨਹੀਂ ਸੋਚੀਦਾ ਹੁੰਦਾ ਭੈਣ ਸ਼ਹਿਰ ਦੇ ਵਿੱਚ ਕੋਈ ਨਹੀਂ ਐਵੇਂ ਪੁੱਛਦਾ ਕਿਸੇ ਤੈਨੂੰ ਨਹੀਂ ਪਤਾ ਹੈਗਾ ਜੇ ਉਹਨੂੰ ਆਪਾਂ ਸਿਰ ਤੇ ਚੜਾ ਲਾਂਗੇ ਜਦ ਉੱਪਰ ਕੁੱਦਣ ਲੱਗ ਜਾਂਦੇ ਹੁੰਦੇ ਨੇ ਉਹ ਸੀਰੀ ਨਾ ਸੀਰੀ ਤੱਕ ਹੀ ਰਹਿਣਾ ਮੈਨੂੰ ਨਾ ਭੈਣ ਉਹਦੀਆਂ ਗੱਲਾਂ ਬਾਲੀਆਂ ਭੋਲੀ ਜਿੰਨਾ ਭੋਲਾ ਨਾ ਗੱਲਾਂ ਵੀ ਭੋਲੀਆਂ ਨੇ ਉਹਦੀਆਂ ਭੋਲਾ ਤਾਂ ਜਿਹੜਾ ਦਿਖਦਾ ਹੁੰਦਾ ਭੋਲਾ ਨਹੀਂ ਹੁੰਦਾ ਇੰਨਾ ਭੋਲਾ ਵੀ ਨਹੀਂ ਸਮਝਣਾ ਚਾਹੀਦਾ ਕਿਸੇ ਨੂੰ ਤੂੰ ਕਿਵੇਂ ਕੀ ਜਾਣਗੀ ਉਹਦੇ ਬਾਰੇ ਕੁਛ ਨਹੀਂ ਮੈਂ ਤਾਂ ਵੈਸੇ ਹੀ ਕਿਹਾ ਪਰ ਮੈਂ ਇੱਕ ਗੱਲ ਕਹਾਂ ਦਿਲ ਦੀ ਹਾਂ ਜੇ ਮੇਰਾ ਬਸ ਚੱਲੇ ਨਾ ਮੈਂ ਪੜ੍ਹੀ ਲਿਖੀ ਹਾਂ ਮੈਨੂੰ ਕੋਈ ਇਹਨਾਂ ਗੱਲਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਉਹ ਅਨਪੜ੍ਹ ਆ ਜਾਂ ਕੁਛ ਵੀ ਆ ਪਰ ਮੇਰੇ ਦਿਲ ਦੀ ਗੱਲ ਇਹ ਹੈ ਕਿ
मेरा पास चले मैं ना उहदे नाल व्याही करा लां। की कहा तू पागल हुई है दीदी की यार नहीं तू सीरी नाल ब्याह कराएंगी कुछ नहीं हुंदा है मैं कोई ए गल नहीं हुंदी हैगी रूबी तूरे 10 दिन वास्ते आई हैगी रहन ठीक है ना तू ए गल्लां च ध्यान ना रख नाले सीरी है ना सीरी तक रहन दे उनू ठीक है नहीं करदी हां तू अंदर जा आ मैं लेके आया सी पिंडियां की हो गया जी की गल है जी ओ रुबी बड़ी है तेरी तारीफ करी जांदी है की गल हुई है कि उथे खेत कोई गल नहीं हुई उस लग रहेगा मेनू ना गल तो कोई नहीं हुई मेरी गल सुन ले जे कोई मेनू किसी भी गल का पता चल गया नाले मैं तेनू मार दूं नाले आप मर जूं तेनू ये पता ना कि तेरा बच्चा मेरे पेट च है ओ ब्याह तक दीआं गल्लां करन लग रही है मैं तो उन्हें कुछ किया भी नहीं चल मेरी गल सुनो हूँ बाहर ना आ जाए कोई गल ना करिए जी ठीक है मैं तोड़ दिनी हूँ नहीं तो एक पहला सीगा इहदा जीजा जिहड़ा वह मैनू छड़ के जाके बाहर ही घर बसा लिया एक जिहदे नाल मेरा घर हुण बसिया जिहदे नाल मैं बड़े बड़े सपने देखदा बड़ी जी खुशी मैनू मिलन वाली है वह मेथों दूर होने वाला नहीं मुस्कान अजा कुछ नहीं होन देना मसा तो तैनू खुशी मिली है मैं रूबी नू रखना नहीं है इनू शहर तोड़ देना मैं भोले बगैर नहीं रह सकती हूँ मैं किधर मरा मुस्कान की कह रही है मैं तो रूबी बारे कुछ सोचा भी नहीं ना तो एवं खेत कोई गल हुई इन्नी वड्डी गल कि मैं कहती मेरे तो बस चो बाहर हो रहा सारा कुछ मैं तो कदे किसी का माड़ा भी नहीं सोचा सॉरी 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 बोलो सॉरी सॉरी कोई गल नहीं कदे मैं तेनू देखा नहीं सॉरी भोले तू इना भोला क्यों है तू मेरे इशारे क्यों नहीं समझदा चलो कोई गल नहीं अज नहीं तो कल तू मेरे इशारे समझेगा तो मैनू भी समझेगा भाभी सिर जा दुखियां दा गोली दे हूँ तो मेरा नाम ले दो हूँ कड़ा रूबी घरे हैगी है वो तो मैं तुहाडी गल समझ गया रूबी कित्थे गई है बाहर घूमन गई है नाल मेरी गल सुनो हूँ तुसी बदले बदले लग रहे हो मैनू मैं तो की बदलिया मैं तो उदा ही हाँ वह बस रहन दो जे एक आवाज़ मारती सी ना उदी आके खड़ जाते सीगे हूँ तो तुसी 10 आवाज़ा मारा निकल जाने होंगे कोई ज़्यादा नहीं खुल रहे मैनू लग रहा मैं रूबी आई हुई है उन्हें पता ना लग जाए ता करके रूबी तो आई हुई है कि थोड़ा मेरे कन्नी भी ध्यान रखो अपना रिश्ता की है वो तो पता ही है हूँ रूबी बाहर गई हुई है इदा ना करो अच्छा आ गल आ सीरी ना करे तू सैटिंग ते मैनू समझावे कि सीरी सीरी होंदा मैनू भी रूबी ना जानी जे सीरी मैं अपने कब्जे च ना कीता हुण तो थोड़ा जिहा टाइम कढ लो मेरे वास्ते ओले आ देखी हत्थ च की पै गया ओले तू जा मैं आपे देख लैनी आ करे देख लो आ देखी रूबी आ की देखा पता की कुछ भी नहीं फूस जहा पै गया से घूमे ही तू पिंड हाँ घूमे किमें लग गया पिंड तेन पिंड तो वैसे मैं वधिया लग्या अच्छा चल तू बैठ मैं तेरे वास्ते चाह बनानी है ठीक है
ਮੇਰਾ ਹੱਥ ਛੱਡ ਰੁਬੀ ਤਾਂ ਸੁਣ ਕੋਈ ਦੇਖ ਲੇਗਾ ਮੇਰਾ ਹੱਥ ਛੱਡ ਦੇ ਮੈਂ ਨਹੀਂ ਪਿਆਰ ਪੂਰ ਕਰਦਾ ਕਿਸੇ ਨੂੰ ਵੀ ਕਿਉਂ ਨਹੀਂ ਕਰਦਾ ਤੂੰ ਮੈਨੂੰ ਪਿਆਰ ਮੇਰੇ ਚ ਕਮੀ ਕੀ ਆ ਭੋਲੇ ਮੈਂ ਸੋਹਣੀ ਨਹੀਂ ਤੂੰ ਸੋਹਣੀ ਆ ਮੈਂ ਨਹੀਂ ਪਿਆਰ ਪੂਰ ਕਰਦਾ ਮੈਂ ਜਾਣਾ ਨਹੀਂ ਨਹੀਂ ਮੇਰੀ ਗੱਲ ਦੇਖ ਤੂੰ ਮੇਰੀ ਭੈਣ ਨਾਲ ਵੀ ਗੱਲ ਤਾਂ ਨਾ ਗੱਲ ਤਾਂ ਨਾ ਮੈਂ ਆਪਣੇ ਪਰਿਵਾਰ ਨੂੰ ਦੱਸ ਦੂੰਗੀ ਤੂੰ ਮੇਰੀ ਭੈਣ ਨਾਲ ਗੱਲ ਤਾਂ ਤਾਂ ਮੇਰੇ ਨਾਲ ਕਿਉਂ ਨਹੀਂ ਹੋ ਸਕਦਾ ਮੈਂ ਤੈਨੂੰ ਪਿਆਰ ਕਰਦੀ ਭੋਲੇ ਆਪਣੀ ਰੁਬੀ ਇਹ ਕੀ ਕਰ ਰਹੀਆਂ ਤੂੰ ਤੂੰ ਪਾਗਲ ਹੋ ਗਈ ਤੂੰ ਸੀਰੀ ਨਾਲ ਕੀ ਧੱਕਾ ਕਰ ਰਹੀ ਸੀ ਤੂੰ ਵੀ ਤਾਂ ਗਲਤ ਆ ਦੀਦੀ ਤੂੰ ਮੇਰੇ ਬਾਰੇ ਕੀ ਜਾਣਦੀ ਆ ਸਭ ਕੁਝ ਕੀ ਤੂੰ ਮੈਨੂੰ ਪਿਆਰ ਕਰਦੀ ਆ ਤੂੰ ਸਭ ਕੁਝ ਕੀ ਜਾਣਦੀ ਤੂੰ ਮੇਰੀ ਜ਼ਿੰਦਗੀ ਬਾਰੇ ਕੁਝ ਨਹੀਂ ਜਾਣਦੀ ਹੈਗੀ ਕੀ ਜਾਣਣਾ ਮੈਂ ਕਿ ਮੇਰੇ ਨਾਲ ਕੀ ਵਾਕਾ ਹੋਇਆ ਜੇ ਇਹ ਨਾ ਹੁੰਦਾ ਨਾ ਤਾਂ ਤੇਰੀ ਭੈਣ ਦੀ ਜ਼ਿੰਦਗੀ ਨਰਕ ਸੀ ਤੈਨੂੰ ਮੈਂ ਦੱਸਣ ਲੱਗੀ ਆ ਤੇਰਾ ਜੀਜਾ ਤਾਂ ਨਾ ਬਾਹਰ ਕਦੋਂ ਦਾ ਛੱਡ ਕੇ ਚਲਿਆ ਗਿਆ ਬਾਹਰ ਜਾ ਕੇ ਘਰ ਵਸਾਈ ਬੈਠਿਆ ਜੇ ਇਹ ਬੰਦਾ ਨਾ ਹੁੰਦਾ ਨਾ ਤਾਂ ਮੈਂ ਰੁਲ ਗਈ ਸੀ ਮੈਂ ਮਾਂ ਬਾਪਾ ਨੂੰ ਕੀ ਦੁੱਖ ਦਿੰਦੀ ਉਹ ਤਾਂ ਪਹਿਲੇ ਬਹੁਤ ਦੁਖੀ ਨੇ ਇਸ ਬੰਦੇ ਨੇ ਮੈਨੂੰ ਜ਼ਿੰਦਗੀ ਦਿੱਤੀ ਆ ਨਵੀਂ ਜਾਤ ਪਾਤ ਨਹੀਂ ਦੇਖੀ ਹੁੰਦੀ ਕੀ ਹੋਇਆ ਜੇ ਅਲੱਗ ਜਾਤ ਦਾ ਹੈਗਾ ਤਾਂ ਇਨਸਾਨ ਇਹ ਮੈਂ ਇਹਦੇ ਨਾਲ ਬਹੁਤ ਖੁਸ਼ ਹਾਂ ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੇਰੇ ਮਰੱਤ ਜੋੜ ਕੇ ਪੈਣ ਦੇ ਮੇਰਾ ਘਰ ਨਾ ਜਾ ਨਹੀਂ ਨਹੀਂ ਮਾਫ ਕਰ ਦੇ ਪਹਿਲੇ ਮੈਂ ਤੇਰੇ ਪੈਰਾਂ 'ਚ ਪੈਣੀ ਆ ਨਹੀਂ ਨਹੀਂ ਖੜੀ ਹੋ ਮੇਰੀ ਭੈਣ ਤੂੰ ਮੇਰੀ ਵੱਡੀ ਭੈਣ ਆ ਨਾ ਮੇਰੇ ਜੀਜੇ ਨੇ ਤੇਰਾ ਘਰ ਖਰਾਬ ਕੀਤਾ ਤਾਂ ਇਹ ਭੋਲੇ ਨੇ ਤੇਰਾ ਘਰ ਬਸਾਇਆ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਆਉਂਦੀ ਮੈਂ ਕਦੇ ਰਾਧਾ ਰੋੜਾ ਨਹੀਂ ਬੰਨਦੀ ਮੈਨੂੰ ਮਾਫ ਕਰ ਤੂੰ ਵੀ ਆਪਣੀ ਖੁਸ਼ੀ ਖੁਸ਼ੀ ਜ਼ਿੰਦਗੀ ਜੀ ਤੇ ਮੈਂ ਵੀ ਜੀ ਰਹੀ ਹਾਂ ਤੇਰਾ ਬਹੁਤ ਬਹੁਤ ਸੁਖਰ ਪੈਣੇ ਭੈਣੇ ਮੇਰੀ ਗੱਲ ਸੁਣ ਤੂੰ ਮੇਰੇ ਤੋਂ ਵੱਡੀ ਹੈ ਨਾ ਮੇਰੀ ਵੱਡੀ ਭੈਣਾ ਭੈਣੇ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਮੈਂ ਕਦੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦੀ ਅਤੇ ਕੱਲ੍ਹ ਨੂੰ ਮੈਂ ਆਪਣੇ ਘਰ ਚਲੀ ਜਾਵਾਂਗੀ ਹੋਰ ਮਾਫ਼ ਕਰ ਦੇ ਭੈਣੇ ਮੈਨੂੰ ਮੈਂ ਭੋਲੇ ਪਿੱਛੇ ਅੰਨੀ ਹੋ ਗਈ ਸੀ ਅਤੇ ਪਿਆਰ ਵਿੱਚ ਮੈਂ ਪਾਗਲ ਹੋ ਗਈ ਸੀ ਮੈਨੂੰ ਨਹੀਂ ਸੀ ਪਤਾ ਵੀ ਤੇਰੇ ਨਾਲ ਕੀ ਕੁਛ ਹੋਇਆ ਮੈਨੂੰ ਨਹੀਂ ਸੀ ਪਤਾ ਮੈਨੂੰ ਮਾਫ਼ ਕਰ ਦੇ ਭੈਣੇ ਮੈਨੂੰ ਮਾਫ਼ ਕਰ ਦੇ ਨਹੀਂ ਰੁਬੀ ਆਪਣਿਆਂ ਤੋਂ ਮਾਫ਼ੀ ਨਹੀਂ ਮੰਗਦੇ ਹੁੰਦੇ ਤੇਰੀ ਭੈਣ ਦੀ ਜ਼ਿੰਦਗੀ ਇਹਨੇ ਬਣਾਈ ਹੈ ਬਸ ਸਿਰ ਮੁਰੇ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਇੱਜ਼ਤ ਰੱਖੀ ਨਹੀਂ ਮੈਂ ਕਿਸੇ ਨੂੰ ਕੁਛ ਨਹੀਂ ਦੱਸਦੀ ਤਾਂ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗਰ ਤੁਹਾਨੂੰ ਸਾਡੀ ਫਿਲਮ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਦੋਸਤੋ ਸਾਡੀਆਂ ਫਿਲਮਾਂ ਇੰਟਰਟੇਨਮੈਂਟ ਵਾਸਤੇ ਹੁੰਦੀਆਂ ਨੇ ਹੈ ਨਾ ਬੜਾ ਦਿਲ 'ਤੇ ਨਾਲ ਆਇਆ ਕਰੋ ਠੀਕ ਹੈ ਫਨ ਕਰਿਆ ਕਰੋ ਜੇ ਤੁਹਾਨੂੰ ਕੋਈ ਮੈਸੇਜ ਲੱਗਦਾ ਨਾ ਆਪਣੀ ਜ਼ਿੰਦਗੀ 'ਤੇ ਕਰ ਲਿਆ ਕਰੋ ਉਹਨਾਂ ਨੂੰ ਐਕਟੀਵੇਟ ਅਤੇ ਸਾਡੀਆਂ ਹੋਰ ਫਿਲਮਾਂ ਦੇਖਣ ਵਾਸਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਬਾਈ ਜ਼ਰੂਰ ਕਰ ਦਿਆ ਕਰੋ ਹੈ ਨਾ ਸੋ ਸਾਡੇ ਦੋਨੋਂ ਆਰਟਿਸਟ ਮੁਸਕਾਨ ਅਤੇ ਤੁਸੀਂ ਦੱਸੋ ਆਪਣੇ ਬਾਰੇ ਮੇਰਾ ਨਾਮ ਰੂਬੀ ਹੈ ਜੀ ਅਤੇ ਮੈਨੂੰ ਇਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਮਤਲਬ ਕਿ ਨੇਚਰ ਵਾਈਜ਼ ਵੀ ਬਹੁਤ ਵਧੀਆ ਨੇ ਜੀ ਸੋ ਜੀ ਬਹੁਤ ਬਹੁਤ ਮਾਣ ਮਿਲਦਾ ਇਹਨਾਂ ਤੋਂ ਸਾਨੂੰ